ਸਤਿ ਸ਼੍ਰੀ ਅਕਾਲ, ਮੈਂ ਗਗਨਦੀਪ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ। ਸਾਡੀ ਕੋਸ਼ਿਸ਼ ਹੁੰਦੀ ਹੈ ਇਸ ਚੈਨਲ ਦੇ ਥਰੂ ਤੁਹਾਡੇ ਤੱਕ ਹਰ ਉਹ ਲੇਟੈਸਟ ਇੰਪੋਰਟੈਂਟ ਅਪਡੇਟ UK ਸਟੱਡੀ ਵੀਜ਼ਾ ਦੀ ਲੈ ਕਰ ਆ ਸਕੀਏ ਔਰ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਸੋ ਅੱਜ ਦੀ ਜਿਹੜੀ ਇਹ ਵੀਡੀਓ ਹੈਗੀ ਹੈ UK ਪੋਸਟ ਸਟੱਡੀ ਵਰਕ ਵੀਜ਼ਾ ਦੇ ਅਪਡੇਟਸ ਨੂੰ ਲੈ ਕੇ ਹੈਗੀ ਹੈ, ਜਿਹੜਾ ਕਿ ਮਾਰਕੀਟ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਹਲਚਲ ਮਚੀ ਹੋਈ ਹੈ। ਲੋਕਾਂ ਦੇ ਇੱਥੇ ਮੈਂ ਕਹਿਣਾ ਚਾਹਾਂਗਾ, ਜਿਹੜੀ ਵੀਡੀਓਜ਼ ਅਸੀਂ ਦੇਖੀਆਂ ਨੇ ਇੱਕ ਲੈਕ ਆਫ ਨੌਲੇਜ ਕਰਕੇ ਜਾਂ ਉਹਨਾਂ ਨੂੰ ਉਹ ਚੀਜ਼ 'ਤੇ ਪ੍ਰੋਪਰ ਇੱਕ ਕਲੈਰਿਟੀ ਨਹੀਂ ਮਿਲੀ ਹੈ, ਬਟ ਉਹਨਾਂ ਨੇ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ। ਸੋ ਤੁਸੀਂ ਜਿੱਦਾਂ ਕਿ ਸਾਰੇ ਜਾਣਦੇ ਹੋ ਕਿ UK ਦੇ ਅੰਦਰ ਜਿਹੜਾ ਵਰਕ ਵੀਜ਼ਾ ਦੀ ਡਿਫਰੈਂਟ ਡਿਫਰੈਂਟ ਇੱਕ ਕੈਟਾਗਰੀਜ਼ ਹੈਗੀ ਹੈ, ਅਤੇ ਉੱਥੇ ਇੱਕ ਬੋਡੀ ਹੈਗੀ ਹੈ ਜਿਹਨੂੰ ਮੈਕ ਕਹਿੰਦੇ ਹਾਂ, ਜਿਹਨੂੰ ਮਾਈਗ੍ਰੇਸ਼ਨ ਐਡਵਾਈਜ਼ਰੀ ਕਮੇਟੀ ਕਹਿੰਦੇ ਹਾਂ, ਜਿਹੜਾ ਕਿ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਦੀ ਹੈ, ਮਾਈਗ੍ਰੇਸ਼ਨ ਦੇ ਉੱਤੇ ਇੱਕ ਚੈੱਕ ਰੱਖਦੀ ਹੈ, ਇੱਕ ਐਡਵਾਈਜ਼ ਕਰਦੀ ਹੈ। ਸੋ ਉਹਨਾਂ ਨੇ ਉਹ ਚੀਜ਼ ਉਹਨੂੰ ਹਾਲੀ ਦਿੱਤੀ ਹੋਈ ਹੈ ਫੋਰ ਦੀ ਰਿਵਿਊ, ਯਾਨੀ ਕਿ ਇਹ ਚੀਜ਼ ਹਾਲੀ ਅੰਡਰ ਰਿਵਿਊ ਹੈਗੀ ਹੈ। ਉਹਨਾਂ ਨੇ ਕੋਈ ਆਪਣਾ ਡਿਸੀਜਨ ਨਹੀਂ ਦੇ ਦਿੱਤਾ ਪੋਸਟ ਸਟੱਡੀ ਵਰਕ ਵੀਜ਼ਾ ਨੂੰ ਲੈ ਕੇ। ਲੇਕਿਨ ਅਗਰ ਗੱਲ ਕਰੀਏ ਪੋਸਟ ਸਟੱਡੀ ਵਰਕ ਵੀਜ਼ਾ ਹਾਲੀ ਜਿਹੜਾ ਰਿਵਿਊ ਵਿੱਚ ਹੈਗੀ ਹੈ ਚੀਜ਼, ਬਟ ਲੋਕਾਂ ਨੇ ਆਪਣੇ ਹੀ ਡਿਫਰੈਂਟ ਡਿਫਰੈਂਟ ਚੈਨਲਸ ਤੋਂ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਔਰ ਕਹਿਣਾ ਸ਼ੁਰੂ ਕਰਤਾ ਕਿ ਪੋਸਟ ਸਟੱਡੀ ਵਰਕ ਵੀਜ਼ਾ ਹੁਣ ਨਹੀਂ ਮਿਲੇਗਾ ਜਾਂ ਬੰਦ ਕਰ ਦਿੱਤਾ ਗਿਆ ਹੈ, ਬੱਚਿਆਂ ਦੇ ਉੱਥੇ ਜਾ ਕੇ ਕੋਈ ਫਾਇਦਾ ਨਹੀਂ ਹੋਣ ਵਾਲਾ। ਸੋ ਇੱਦਾਂ ਦਾ ਹਾਲੀ ਕੁਛ ਵੀ ਨਹੀਂ ਹੈਗਾ, ਕਿਉਂਕਿ ਉਹ ਚੀਜ਼ ਹਾਲੀ ਰਿਵਿਊ ਵਿੱਚ ਆ। ਹੁਣ ਉਹ ਰਿਵਿਊ ਅੱਜ ਆ ਜਾਏ ਜਾਂ ਆਉਣ ਵਾਲੇ ਮਹੀਨੇ ਤੱਕ ਆਏ, 2 ਮਹੀਨੇ ਤੱਕ ਆਏ, ਜਦੋਂ ਵੀ ਉਹ ਰਿਵਿਊ ਦਾ ਜੋ ਵੀ ਉਹਨਾਂ ਦਾ ਰਿਜ਼ਲਟ ਹੋਏਗਾ ਤੁਹਾਡੇ ਨਾਲ ਉਹ ਵੀ ਸਾਂਝਾ ਕਰਾਂਗੇ। ਬਟ ਅੱਜ ਦੀ ਡੇਟ ਦੇ ਵਿੱਚ ਦੇਖੀਏ ਸੋ ਇੱਦਾਂ ਦਾ ਕੁਛ ਵੀ ਨਹੀਂ ਹੈਗਾ, ਕਿਉਂਕਿ ਇੱਕ ਹੁਣ ਤੁਹਾਨੂੰ ਪਤਾ ਕਿ ਵਰਕ ਵੀਜ਼ਾ ਦੇ ਉੱਤੇ ਉਹਨਾਂ ਨੇ ਇੰਨੀ ਜ਼ਿਆਦਾ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ, ਕੈਪਿੰਗ ਕਰ ਦਿੱਤੀਆਂ, ਸ਼ਾਇਦ ਹੀ ਕੋਈ ਹੋਏਗਾ ਜੋ ਆਪਣੀ ਫਾਈਲ ਨੂੰ ਵਰਕ ਵੀਜ਼ਾ ਵਾਸਤੇ ਪ੍ਰੋਸੀਡ ਕਰ ਰਿਹਾ ਹੋਏਗਾ, ਕਿਉਂਕਿ ਕਾਸਟ ਲੈਟਰ ਹੀ ਨਹੀਂ ਆ ਰਹੀ ਔਰ ਨਾ ਹੀ ਆਉਣੀ ਹੈ, ਕਿਉਂਕਿ ਰਿਸਟ੍ਰਿਕਸ਼ਨ ਹੀ ਇੱਦਾਂ ਦੀ ਲਗਾ ਦਿੱਤੀ ਗਈ। ਇੱਕ ਇਹੀਓ ਇੱਕ ਰਾਈਟ ਪਾਥ ਰਹਿ ਗਿਆ ਜਿਹੜਾ ਕਿ ਸਟੂਡੈਂਟ ਵੀਜ਼ਾ ਦਾ ਹੈਗਾ ਹੈ, ਔਰ ਉਹਦੇ ਉੱਤੇ ਨਾ ਉਹ ਚੀਜ਼ ਇਹਨਾਂ ਨੇ ਬੰਦ ਕੀਤੀ ਹੈ ਔਰ ਨਾ ਹੀ ਆਉਣ ਵਾਲੇ ਟਾਈਮ ਵਿੱਚ ਉਹ ਬੰਦ ਕਰਨਗੇ। ਰੀਜ਼ਨ ਕੀ ਹੈ? ਕਿਉਂਕਿ UK ਵੀ ਜਾਣਦਾ ਹੈ ਕਿ ਇੱਕ ਇਹੀਓ ਰਾਈਟ ਪਾਥ ਹੈਗਾ ਜਿਹਦੇ ਕਰਕੇ ਉਹ ਆਪਣੀ ਯੂਨੀਵਰਸਿਟੀਜ਼ ਨੂੰ ਚਲਾਉਂਦੇ ਪਏ ਨੇ। ਅਗਰ ਉਹ ਇਹ ਚੀਜ਼ ਨੂੰ ਵੀ ਲਿਮਿਟਡ ਕਰ ਜਾਣਗੇ, ਰਿਸਟ੍ਰਿਕਟ ਕਰ ਜਾਣਗੇ, ਸੋ ਉਹ ਯੂਨੀਵਰਸਿਟੀਜ਼ ਨੂੰ ਕਿੱਦਾਂ ਚਲਾਉਣਗੇ ਜਾਂ ਸਟੂਡੈਂਟ ਨੂੰ ਯੂਨੀਵਰਸਿਟੀ ਵਾਸਤੇ ਕਿੱਦਾਂ ਲੈ ਕਰ ਆ ਪਾਉਣਗੇ। ਸੋ ਇਸ ਚੀਜ਼ ਤੋਂ ਬੇਫਿਕਰ ਹੋ ਕੇ ਤੁਸੀਂ ਆਪਣੀ ਪ੍ਰੋਫਾਈਲਸ ਨੂੰ ਅੱਜ ਵੀ UK ਵਾਸਤੇ ਪ੍ਰੋਸੀਡ ਕਰ ਸਕਦੇ ਹੋ। ਸਟਿਲ ਤੁਹਾਨੂੰ ਲੱਗਦਾ ਕਿ ਤੁਹਾਨੂੰ ਫਿਰ ਵੀ ਕੋਈ ਡਾਊਟ ਹੈ ਜਾਂ ਕਨਫਿਊਜ਼ਨ ਹੈ, ਤੁਸੀਂ ਮੇਰੀ ਕਿਸੇ ਵੀ ਨੀਅਰੈਸਟ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ ਜਾਂ ਸਾਡੇ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹੋ, ਜਿਹੜਾ ਕਿ 91161 91167 ਹੈ। ਥੈਂਕ ਯੂ ਸੋ ਮਚ।